ਐਸਐਸਪੀ ਮੋਹਾਲੀ ਡਾਕਟਰ ਸੰਦੀਪ ਗਰਗ ਅਤੇ ਹਰਿੰਦਰ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਖਰੜ ਬੱਸ ਸਟੈਂਡ ਦੇ ਨੇੜੇ ਰਾਤ 8 ਤੋਂ 12 ਵਜੇ ਤੱਕ ਡਰਿੰਕ ਐਂਡ ਡਰਾਈਵ ਨੂੰ ਜਿਹੜਾ ਹੈ ਲੈ ਕੇ ਇੱਕ ਸਪੈਸ਼ਲ ਨਾਕਾ ਲਗਾਇਆ ਗਿਆ ਹੈ। ਦੱਸ ਦੇਈਏ ਸਪੈਸ਼ਲ ਨਾਕਾ ਲਗਾ ਕੇ ਐਲਕੋਮੀਟਰ ਰਾਹੀਂ ਚੈੱਕ ਕਰ ਸ਼ਰਾਬ ਪੀ ਕੇ ਨਸ਼ੇ ਦੀ ਹਾਲਤ 'ਚ ਗੱਡੀਆਂ ਚਲਾਉਣ ਵਾਲੇ ਲੋਕਾਂ ਦਾ ਚਲਾਨ ਵੀ ਜਿਹੜਾ ਹੈ ਉਹ ਕੀਤਾ ਗਿਆ। ਟ੍ਰੈਫਿਕ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਡਰਿੰਕ ਐਂਡ ਡਰਾਈਵ ਨੂੰ ਲੈ ਕੇ ਲਗਾਇਆ ਗਿਆ ਇਹ ਨਾਕਾ ਲਗਾਤਾਰ ਜਾਰੀ ਰਹੇਗਾ। ਉਹਨਾਂ ਦੱਸਿਆ ਹੈ ਕਿ ਇਹ ਨਾਕਾ ਤਾਂ ਲਗਾਇਆ ਗਿਆ ਹੈ ਤਾਂ ਕਿ ਸੜਕ ਦੇ ਉੱਤੇ ਹੋਣ ਵਾਲੀਆਂ ਦੁਰਘਟਨਾ ਤੋਂ ਸ਼ਹਿਰ ਵਾਸੀ ਜਿਹੜੇ ਨੇ ਅਤੇ ਰਾਹਗੀਰ ਜਿਹੜੇ ਨੇ ਆਪਣਾ ਬਚਾਅ ਕਰ ਸਕਣ। ਜ਼ਿਲ੍ਹਾ ਮੋਹਾਲੀ ਟ੍ਰੈਫਿਕ ਪੁਲਿਸ ਨੇ ਬੇਨਤੀ ਕੀਤੀ ਹੈ ਕਿ ਅਗਰ ਤੁਸੀਂ ਡਰਿੰਕ ਕੀਤੀ ਹੈ ਅਤੇ ਆਪਣਾ ਵਾਹਨ ਜਿਹੜਾ ਹੈ ਉਹ ਚਲਾ ਰਹੇ ਹੋ ਤਾਂ ਵਾਹਨ ਚਲਾਉਣ ਤੋਂ ਭਾਵ ਹੈ ਕਿ ਸੁਖੀ ਆਪਣੇ ਘਰੋਂ ਜਿਹੜਾ ਉਹ ਆਓ ਅਤੇ ਸੁਖੀ ਘਰ ਵਾਪਸ ਜਾਓ, ਨਾ ਕਿ ਸ਼ਰਾਬ ਪੀ ਕੇ ਆਪਣੀ ਜਾਨ ਨੂੰ ਜਿਹੜਾ ਹੈ ਉਹ ਜੋਖਿਮ ਦਿਓ ਜਾਂ ਫਿਰ ਆਪਣੀ ਜਾਨ ਦੇ ਜਿਹੜਾ ਹੈ ਬਰਖਿਲਾਫ਼ ਜਾ ਕੇ ਡਰਾਈਵ ਕਰੋ। ਅਗਰ ਤੁਸੀਂ ਸ਼ਰਾਬ ਪੀ ਲਈ ਹੈ ਤਾਂ ਤੁਹਾਡੇ ਨਾਲ ਕੋਈ ਹੈ ਤਾਂ ਉਸਨੂੰ ਆਪਣਾ ਵਾਹਨ ਚਲਾਉਣ ਦੇਵੋ ਅਤੇ ਤੁਸੀਂ ਕੰਡਕਟਰ ਸੀਟ ਦੇ ਉੱਤੇ ਬਹਿ ਕੇ ਸੁਖੀ ਆਪਣੇ ਘਰ ਨੂੰ ਜਾਓ। ਉਹਨਾਂ ਕਿਹਾ ਕਿ ਟ੍ਰੈਫਿਕ ਪੁਲਿਸ ਵੱਲੋਂ ਕੀਤੇ ਜਾਣ ਵਾਲੇ ਇਹ ਬਹੁਤ ਹੀ ਜਿਹੜੇ ਨੇ ਮਹਿੰਗੇ ਚਲਾਨ ਨੇ ਅਤੇ ਕਾਨੂੰਨ ਵੀ ਬਹੁਤ ਸਖਤ ਹੈ, ਜਿਸ ਤੋਂ ਬਚੋ ਅਤੇ ਦੁਰਘਟਨਾ ਦਾ ਸ਼ਿਕਾਰ ਹੋਣ ਤੋਂ ਬਚੋ। ਮੋਹਾਲੀ ਟ੍ਰੈਫਿਕ ਪੁਲਿਸ ਨੇ ਜਿਹੜੇ ਬਾਹਰੋਂ ਦੂਜੇ ਸ਼ਹਿਰਾਂ ਅਤੇ ਦੂਸਰੀਆਂ ਸਟੇਟਾਂ ਤੋਂ ਬੱਚੇ ਪੜ੍ਹਨ ਲਈ ਮੋਹਾਲੀ ਵਿੱਚ ਆਏ ਨੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਸ਼ਰਾਬ ਪੀ ਕੇ ਕੋਈ ਵੀ ਹੁੱਲੜਬਾਜ਼ੀ ਜਿਹੜੀ ਹੈ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਲੜਾਈ ਝਗੜਾ ਉਹ ਨਾ ਕਰੋ ਅਤੇ ਨਾ ਹੀ ਵਾਹਨ ਚਲਾਓ, ਜਿਸ ਦੇ ਨਾਲ ਤੁਸੀਂ ਆਪਣੇ ਅਤੇ ਦੂਸਰਿਆਂ ਦੀ ਬਰਬਾਦੀ ਦਾ ਬਚਾਅ ਕਰ ਸਕਦੇ ਹੋ। ਅਸੀਂ ਸਾਡੇ ਮਾਣਯੋਗ ਐਸਐਸਪੀ ਸਾਹਿਬ ਸ੍ਰੀ ਸੰਦੀਪ ਗਰਗ ਜੀ ਅਤੇ ਮਾਣਯੋਗ ਐਸਪੀ ਟ੍ਰੈਫਿਕ ਸਾਹਿਬ ਵੱਲੋਂ ਸਰਦਾਰ ਹਰਿੰਦਰ ਸਿੰਘ ਮਾਨ ਜੀ ਵੱਲੋਂ ਅੱਜ ਸਖ਼ਤ ਅਧਿਕਾਰ ਹੈ ਕਿ 8 ਤੋਂ 12 ਵਜੇ ਤੱਕ ਰੋਜ਼ਾਨਾ ਸਪੈਸ਼ਲ ਨਾਕੇ ਕਰਕੇ ਸ਼ਰਾਬ ਪੀਤੀ ਵਾਲੇ ਦੇ ਚਲਾਨ ਕਰਨ ਬਾਰੇ ਡਰਿੰਕਿੰਗ ਡਰਾਈਵ ਦਾ ਜੋ ਚਲਾਨ ਕੀਤੇ ਜਾ ਰਿਹਾ ਅੱਜ ਵੀ ਇੱਥੇ ਚਲਾਨ ਕੀਤੇ ਗਏ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਨਾਕੇ ਸਪੈਸ਼ਲ ਲਾ ਕੇ ਇਹ ਚੈੱਕ ਹੁੰਦੀ ਰਹੂਗੀ, ਕਿਉਂਕਿ ਐਕਸੀਡੈਂਟ ਨੂੰ ਰੋਡ ਐਕਸੀਡੈਂਟ ਨੂੰ ਘਟਾਉਣ ਲਈ ਵੱਧ ਤੋਂ ਵੱਧ ਚੈਕਿੰਗ ਸ਼ਰਾਬ ਵਾਲਿਆਂ ਦੀ ਕੀਤੀ ਜਾਵੇ ਅਤੇ ਇਹਨਾਂ ਨੂੰ ਸਖ਼ਤ ਹਦਾਇਤਾਂ ਵੀ ਕੋਈ ਵੀ ਸ਼ਰਾਬ ਪੀ ਕੇ ਵੀਰ ਭਾਈ ਕੋਈ ਵੀ ਗੱਡੀ ਨਾ ਚਲਾਵੇ। ਅਸੀਂ ਤਾਂ ਇਹੀ ਬੇਨਤੀ ਕਰਨੀ ਚਾਹੁੰਦੇ ਹਾਂ ਵੀ ਹਰੇਕ ਘਰੋਂ ਸੁਖੀ ਆਵੇ ਅਤੇ ਸੁਖੀ ਘਰ ਜਾਵੇ ਅਤੇ ਅਸੀਂ ਇਹੀ ਫਰਿਆਦ ਕਰਦੇ ਪਰਮਾਤਮਾ ਉਹਨੇ ਕੋਈ ਵੀ ਇੱਕ ਐਕਸੀਡੈਂਟ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਦੁਰਘਟਨਾ ਤੋਂ ਬਚੇ ਅਤੇ ਜੇ ਕਿਸੇ ਦੀ ਸ਼ਰਾਬ ਪੀਤੀ ਵੀ ਹੈ ਉਹ ਕਿਰਪਾ ਕਰਕੇ ਸਾਈਡ 'ਤੇ ਕਨੈਕਟਰ ਸਾਈਡ 'ਤੇ ਬਹਿ ਕੇ ਅਤੇ ਜਿਹੜੀ ਨਹੀਂ ਪੀਤੀ ਉਹਨੂੰ ਚਲਾਉਣ ਦਾ ਮੌਕਾ ਦੇਵੇ ਅਤੇ ਇਸ ਤੋਂ ਅਗਲੇ ਦਿਨਾਂ ਤੋਂ ਬਹੁਤ ਸਖ਼ਤ ਰੂਲ ਹੈ, ਬਹੁਤ ਮੋਟੇ ਚਲਾਨ ਹੈ, ਅਸੀਂ ਮੋਟੇ ਚਲਾਨਾਂ ਤੋਂ ਇਹ ਬਚੋ ਅਤੇ ਆਪਣੇ ਸੇਵ ਜੀਵਨ ਨੂੰ ਰੱਖੋ। ਜਿਹੜਾ ਖਰੜ ਸ਼ਹਿਰ ਹੈ ਇੱਥੇ ਬੱਚੇ ਪੜ੍ਹਨ ਬਹੁਤ ਆਉਂਦੇ ਬਾਹਰੋਂ, ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ? ਅਸੀਂ ਉਹਨਾਂ ਨੂੰ ਅਪੀਲ ਇਹ ਕਰਨੀ ਚਾਹੁੰਦੇ ਹਾਂ ਕਿਉਂਕਿ ਮਾਂ ਪਿਓ ਨੇ ਤੁਹਾਨੂੰ ਪੜ੍ਹਨ ਲਈ ਕੁਛ ਬਣਨ ਲਈ ਭੇਜਿਆ ਹੈ, ਤੁਸੀਂ ਪੜ੍ਹ ਕੇ ਜਾਓ ਅਤੇ ਇੱਥੇ ਜੋ ਟ੍ਰਿਪਲ ਰੈਡਿੰਗ ਜਾਂ ਇੱਥੇ ਹੁੱਲੜਬਾਜ਼ੀ ਜਾਂ ਇੱਥੇ ਲੜੋ ਲੜਾਈ ਕਰਦੇ ਆ ਅਤੇ ਸ਼ਰਾਬ ਪੀ ਕੇ ਵੀ ਕਈ ਵਾਰੀ ਆਪਣੀ ਬਰਬਾਦੀ ਕਰ ਰਹੇ ਹੈ ਅਤੇ ਬੱਚੇ ਸਿਆਣੇ ਬਣਨ ਅਤੇ ਜੇ ਨਹੀਂ ਬਣਨਗੇ ਤਾਂ ਇਹਨਾਂ ਦੇ ਵੀ ਚਲਾਨ ਕੀਤਾ ਸਖ਼ਤੀ ਨਾਲ ਨਿਬੜਿਆ ਜਾਵੇ ਇਹਨਾਂ ਨੂੰ।